ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ। ਕੱਲ ਕੁਝ ਅਸੀਂ ਗੱਲਬਾਤ ਕੀਤੀ ਸੀ ਨੋਵਾ ਸਕੋਸ਼ੀਆ ਦੇ ਬਾਰੇ ਵਿੱਚ ਤੇ ਨੋਵਾ ਸਕੋਸ਼ੀਆ ਦਾ ਜਦੋਂ ਇਹ ਅਸੀਂ ਮਾਮਲਾ ਚੁੱਕਿਆ ਤਾਂ ਉਸ ਤੋਂ ਬਾਅਦ ਸਾਨੂੰ ਵੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਸਟੂਡੈਂਟਸ ਦੀਆਂ ਖਾਸ ਤੌਰ ਤੇ ਕਿ ਨੋਵਾ ਸਕੋਸ਼ੀਆ ਸਰਕਾਰ ਦੇ ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ ਗਿਆ ਕਿੰਨਾ ਦੇ ਉੱਤੇ ਇਹ ਅਸਰ ਪਾਏਗਾ। ਜਿਹੜੇ ਸਟੂਡੈਂਟਸ ਇਸ ਵਕਤ ਆਪਣਾ ਭਵਿੱਖ ਤਲਾਸ਼ਣ ਲਈ ਉੱਥੇ ਗਏ ਸੀ, ਪੀਆਰ ਦੇ ਵਧੀਆ ਮੌਕੇ ਅਫਸਰ ਦੇਖਣ ਲਈ ਉੱਥੇ ਗਏ ਸੀ, ਕੀ ਉਹਨਾਂ ਦਾ ਭਵਿੱਖ ਹੁਣ ਹਨੇਰੇ ਦੇ ਵਿੱਚ ਹੈ, ਕਿਹੜੀ ਸਟ੍ਰੀਮ ਹੈ ਜਿਹੜੀ ਇਸ ਵਕਤ ਬੰਦ ਕੀਤੀ ਗਈ ਹੈ। ਸੋ ਅੱਜ ਇਹਦੇ ਬਾਰੇ ਵਿੱਚ ਤਾਂ ਅਸੀਂ ਗੱਲਬਾਤ ਕਰਾਂਗੇ, ਨਾਲ ਹੀ ਕੁਝ ਧਾਰਮਿਕ ਵਿਸ਼ਿਆਂ ਬਾਰੇ ਵੀ ਗੱਲਬਾਤ ਕਰਾਂਗੇ। ਜੇਕਰ ਤੁਸੀਂ ਰਾਗੀ ਦੇ ਤੌਰ ਦੇ ਉੱਤੇ ਜਾਂ ਫਿਰ ਤੁਸੀਂ ਮੰਦਿਰ ਦੇ ਵਿੱਚ ਸੇਵਾ ਦੇ ਤੌਰ ਤੇ ਇੱਥੇ ਆਏ ਹੋਏ ਹੋ ਜਾਂ ਰਿਲੀਜੀਅਸ ਸੇਵਾ ਕਰ ਰਹੇ ਹੋ ਤਾਂ ਤੁਸੀਂ ਕੈਨੇਡਾ ਵਿੱਚ ਕਿਸ ਤਰੀਕੇ ਨਾਲ ਪੀਆਰ ਲੈ ਸਕਦੇ ਹੋ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅੱਜ ਸਵਾਲ ਨੇ ਜਿਹੜੇ ਅਸੀਂ ਪੁੱਛਾਂਗੇ ਜ਼ਰੂਰ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ। ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਤੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ, ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੋਜ ਦੱਤਾ ਜੀ, ਸਵਾਗਤ ਹੈ। ਚਲਨ ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੋਜ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਹੈ? ਆਲ ਗੁੱਡ, ਥੈਂਕ ਯੂ ਸਰ। ਬੈਕਲੌਗ ਵਧਾਈ ਜਾਂਦੇ ਪਏ ਹੋ, 2.4 ਮਿਲੀਅਨ ਦਾ ਬੈਕਲੌਗ ਹੋ ਗਿਆ। ਕਰਨ ਬਿਲਕੁਲ ਇਦਾਂ ਹੀ ਲੱਗ ਰਿਹਾ ਕਿ 2.4 ਮਿਲੀਅਨ ਦਾ ਬੈਕਲੌਗ ਹੈ, ਬਟ ਇੱਕ ਚੀਜ਼ ਦੇਖੋ ਕਿ ਪਿਛਲੇ 1 ਮਹੀਨੇ ਦੇ ਵਿੱਚ 3.5 ਲੱਖ ਐਪਲੀਕੇਸ਼ਨਸ ਲੱਗੀਆਂ। ਸੋ ਇਹ ਨਹੀਂ ਕਿ ਪਿਛਲੀਆਂ ਐਪਲੀਕੇਸ਼ਨਸ ਪ੍ਰੋਸੈਸ ਨਹੀਂ ਹੋ ਰਹੀਆਂ, ਇਹਦਾ ਇਹ ਮਤਲਬ ਹੈਗਾ ਕਿ ਹਰ ਬੰਦਾ ਇਸ ਟਾਈਮ ਤੇ ਕੈਨੇਡਾ ਨੂੰ ਆਪਣਾ ਡੈਸਟੀਨੇਸ਼ਨ ਆਫ ਚੋਇਸ ਬਣਾਉਣਾ ਚਾਹੁੰਦਾ ਹੈ। ਭਾਵੇਂ ਉਹ ਘੁੰਮਣ ਫਿਰਨ ਵਾਸਤੇ ਆਉਣਾ ਚਾਹੁੰਦਾ ਹੈ, ਭਾਵੇਂ ਟੈਂਪਰੇਰੀ ਵਿਜ਼ਿਟ ਵੀਜ਼ਾ ਤੇ ਆਉਣਾ ਚਾਹੁੰਦਾ ਹੈ, ਭਾਵੇਂ ਸਟੱਡੀ ਪਰਮਿਟ ਤੇ ਆਉਣਾ ਚਾਹੁੰਦਾ ਹੈ, ਭਾਵੇਂ ਵਰਕ ਪਰਮਿਟ ਤੇ ਆਉਣਾ ਚਾਹੁੰਦਾ, ਭਾਵੇਂ ਐਕਸਪ੍ਰੈਸ ਐਂਟਰੀ, ਭਾਵੇਂ ਐਜ਼ ਅ ਐਂਟਰਪ੍ਰੀਨਿਓਰ ਇਨਵੈਸਟਰ ਆਉਣਾ ਚਾਹੁੰਦੇ ਨੇ। ਸੋ ਐਵਰੀ ਕੈਨੇਡਾ ਹੈਜ਼ ਐਮਰਜ ਐਜ਼ ਅ ਡੈਸਟੀਨੇਸ਼ਨ ਆਫ ਚੋਇਸ। ਸੋ ਦੁਨੀਆ ਦੇ ਸਾਰੇ ਐਪਲੀਕੈਂਟਸ, ਭਾਵੇਂ ਇੰਡੀਆ ਦੀ ਗੱਲ ਕਰ ਲਈ, ਇੰਡੀਆ ਸਭ ਤੋਂ ਵੱਡਾ ਸੋਰਸ ਕੰਟਰੀ ਬਣ ਚੁੱਕਾ ਅੱਜ ਦੀ ਤਰੀਕ ਦੇ ਵਿੱਚ, ਠੀਕ ਹੈ। ਇੰਡੀਆ, ਚਾਈਨਾ, ਅਸੀਂ ਫਿਲੀਪੀਨਸ ਦੀ ਗੱਲ ਕਰ ਲਈ, ਅਸੀਂ ਨਾਈਜੀਰੀਆ ਦੀ ਗੱਲ ਕਰ ਲਈ, ਅਸੀਂ ਮਿਡਲ ਈਸਟ ਤੋਂ ਗੱਲ ਕਰ ਲਈ, ਕੈਨੇਡਾ ਐਵਰੀ ਡੈਸਟੀਨੇਸ਼ਨ ਕੈਨੇਡਾ ਹੀ ਰਹਿ ਗਿਆ। ਨੋਬਡੀ ਵਾਂਟਸ ਟੂ ਗੋ ਟੂ ਯੂਰਪ ਬਿਕੋਜ਼ ਯੂਰਪ ਦੇ ਵਿੱਚ ਅਨਈਜ਼ੀਨੈਸ ਬਹੁਤ ਚੱਲ ਰਹੀ ਹੈਗੀ ਹੈ, ਅਨਰੈਸਟ ਬਹੁਤ ਚੱਲ ਰਿਹਾ ਹੈਗਾ। ਸੇਮ ਯੂਐਸ ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਨਹੀਂ ਜਾਣਾ ਚਾਹੁੰਦੇ, ਬਟ ਜਿਹੜੇ ਜਾਣਾ ਚਾਹੁੰਦੇ ਨੇ, ਜਿਹੜੇ ਕੁਆਲੀਫਾਈ ਹੁੰਦੇ ਨੇ, ਯੂਐਸ ਤੋਂ ਬੈਟਰ ਆਪਸ਼ਨ ਕੋਈ ਨਹੀਂ ਹੈਗੀ। ਬਟ ਯੂਐਸਏ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲੈਂਦੇ ਆ, ਗ੍ਰੀਨ ਕਾਰਡ ਲੈਂਦੇ ਆ ਤੇ ਸਿਟੀਜ਼ਨਸ਼ਿਪ ਹੁੰਦਾ, ਕਾਫੀ ਟਾਈਮ ਲੱਗਦਾ। ਸੋ ਕੈਨੇਡਾ ਦੇ ਵਿੱਚ ਉਹ ਰੈਲੇਟਿਵਲੀ ਜਲਦੀ ਚੀਜ਼ਾਂ ਹੋ ਜਾਂਦੀਆਂ ਹੈਗੀਆਂ। ਸੋ ਕੈਨੇਡਾ, ਅਸੀਂ ਪਾਣੀ ਦੀ ਗੱਲ ਕਰ ਲਈਏ, ਹਵਾ ਦੀ ਗੱਲ ਕਰ ਲਈਏ, ਅਸੀਂ ਓਪਰਚੁਨਿਟੀਜ਼ ਦੀ ਗੱਲ ਕਰ ਲਈਏ, ਅਸੀਂ ਇਕੁਅਲਨੈਸ ਦੀ ਗੱਲ ਕਰ ਲਈਏ, ਅਸੀਂ ਤੋ ਕੈਨੇਡਾ ਤੋਂ ਅੱਛਾ ਆਪਸ਼ਨ ਕੀ ਹੋ ਸਕਦਾ ਸਰ? ਜਿਹੜੀ ਪ੍ਰੋਸੈਸ ਨੂੰ ਲੈ ਕੇ ਆਪਾਂ ਫਾਈਲਸ ਦੀ ਗੱਲ ਕਰਦੇ ਹਾਂ, ਕਿ ਸਾਰੀਆਂ ਪ੍ਰੋਸੈਸਿੰਗ ਚੱਲ ਰਹੀਆਂ ਜਾਂ ਕੁਝ ਫਾਈਲਸ ਨੂੰ ਇਹਨਾਂ ਨੇ ਸਾਈਡ ਤੇ ਜਾਂ ਪ੍ਰਾਇੋਰਟੀ ਬੇਸ ਤੇ ਉੱਤੇ ਇਸ ਵਕਤ ਕੀ ਚੱਲ ਰਿਹਾ ਹੈ? ਕਰਨ ਸੈਪਟੈਂਬਰ ਦੇ ਵਿੱਚ 1,12,000 ਐਪਲੀਕੇਸ਼ਨਸ ਦਾ ਬੈਕਲੌਗ ਸੀਗਾ ਐਕਸਪ੍ਰੈਸ ਐਂਟਰੀ ਦਾ। ਅੱਜ ਦੀ ਤਰੀਕ ਦੇ ਵਿੱਚ ਉਹ ਬੈਕਲੌਗ 30,000 ਐਪਲੀਕੇਸ਼ਨਸ ਦਾ ਰਹਿ ਗਿਆ। ਸੋ ਐਪਲੀਕੇਸ਼ਨਸ ਪ੍ਰੋਸੈਸ ਹੋਈਆਂ ਤਾਂ ਉਹ ਬੈਕਲੌਗ ਕੱਟਿਆ ਹੈਗਾ। ਇਸੇ ਕਰਕੇ ਹੁਣ ਜਿਹੜੀਆਂ ਐਪਲੀਕੇਸ਼ਨਸ ਲਿੱਤੀਆਂ ਜਾਣੀਆਂ ਹੈਗੀਆਂ ਉਹ ਅਸੀਂ ਜੁਲਾਈ ਆਨਵਰਡ ਦੇਖ ਰਹੇ ਹਾਂ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਸ਼ੁਰੂ ਹੋ ਜਾਣਗੇ। ਸੋ ਐਕਸਪ੍ਰੈਸ ਐਂਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੀਆਂ ਹੈਗੀਆਂ ਜੀ। ਐਕਸਪ੍ਰੈਸ ਜਿਹੜੇ ਦੋਸਤ ਨੇ ਐਪਲੀਕੇਸ਼ਨ ਲਗਾਈ ਹੋਈ ਹੈ ਇਸ ਟਾਈਮ ਤੇ ਤਕਰੀਬਨ 600 ਪੁਆਇੰਟ ਤੋਂ ਉੱਪਰ, 500 ਪੁਆਇੰਟ ਤੋਂ ਉੱਪਰ ਤਕਰੀਬਨ 10,000 ਐਪਲੀਕੈਂਟਸ ਹੈਗਾ ਜਿਹੜਾ 500 ਪੁਆਇੰਟ ਤੋਂ ਉੱਪਰ ਹੈਗਾ। ਉਸ ਤੋਂ ਬਾਅਦ ਇਹ ਐਪਲੀਕੇਸ਼ਨ ਅਗਲੀਆਂ 10,000 ਤਾਂ ਜੁਲਾਈ ਮਹੀਨੇ ਦੇ ਵਿੱਚ ਹੀ ਪਿੱਕ ਹੋ ਜਾਣੀ ਹੈ। ਉਸ ਤੋਂ ਬਾਅਦ 450 ਤੋਂ ਉੱਪਰ ਤਕਰੀਬਨ 55,000 ਐਪਲੀਕੇਸ਼ਨ ਇਹੋ ਜਿਹੀਆਂ ਹੈਗੀਆਂ ਜਿਹੜੀਆਂ 55,000 ਤੋਂ ਉੱਪਰ ਬੈਠੀਆਂ, 450 ਸਕੋਰ ਤੋਂ ਉੱਪਰ ਬੈਠੀਆਂ ਹੈਗੀਆਂ। ਸੋ ਉਹ ਵੀ ਅਗਲੇ ਕੁਛ ਟਾਈਮ ਦੇ ਵਿੱਚ ਪਿੱਕ ਹੋਣ ਦੀਆਂ ਹੈਗੀਆਂ। ਬਟ ਜਿਹੜਾ ਐਪਲੀਕੈਂਟ ਇਸ ਟਾਈਮ ਤੇ ਤਰਨ 450 ਸਕੋਰ ਤੇ ਬੈਠਾ, 435 ਦੇ ਸਕੋਰ ਤੇ ਬੈਠਾ ਹੈ, ਉਹਨਾਂ ਨੂੰ 400 ਦੇ ਸਕੋਰ ਤੇ ਬੈਠਾ, ਉਹਨਾਂ ਨੂੰ ਰਿਕਮੈਂਡੇਸ਼ਨ ਹੋਏਗੀ ਕਿ ਵਰਕ ਪਰਮਿਟ LMIA ਜੋਬ ਆਫਰ ਲਓ, ਭਾਵੇਂ ਉਹ 50 ਪੁਆਇੰਟਸ ਦਾ ਮਿਲੇ, ਭਾਵੇਂ 200 ਪੁਆਇੰਟਸ ਦਾ ਮਿਲੇ। ਉਸ ਤੋਂ ਬਾਅਦ ਤੁਹਾਡਾ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਤੁਹਾਡੇ ਆਪਸ਼ਨਸ ਓਪਰਚੁਨਿਟੀਜ਼ PR ਦੀਆਂ ਰਾਈਟ ਵੇ ਬਣ ਜਾਣੀਆਂ ਹੈਗੀਆਂ 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ। ਉਸ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਤਰਨ, ਅੱਜ ਦੀ PNPs ਬਹੁਤ ਅਮੇਜ਼ਿੰਗ ਚੱਲ ਰਹੇ ਨੇ। ਅਸੀਂ ਕੋਈ ਵੀ ਪ੍ਰੋਵਿੰਸ ਪਿੱਕ ਕਰ ਲਈਏ, ਨੋਵਾ ਸਕੋਸ਼ੀਆ ਪਿੱਕ ਕਰ ਲਈਏ, ਨਿਊਫਾਊਂਡਲੈਂਡ ਪਿੱਕ ਕਰ ਲਈਏ, ਪ੍ਰਿੰਸ ਐਡਵਰਡ ਪਿੱਕ ਕਰ ਲਈਏ, ਨਿਊ ਬ੍ਰੰਸਵਿਕ ਪਿੱਕ ਕਰ ਲਈਏ, ਕਿਊਬੈਕ ਆ ਜਾਈਏ, ਓਨਟੈਰੀਓ ਆ ਜਾਈਏ, ਵਿਨੀਪੈਗ ਚਲੇ ਗਏ, ਸੈਸਕੈਚਵਾਨ, ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਸਾਰੇ ਅਮੇਜ਼ਿੰਗ ਹੈਗੇ ਨੇ। 435,000 ਦਾ ਕੋਟਾ ਹੈਗਾ ਆ, ਨੰਬਰਸ ਹੈਗੇ ਨੇ ਜਿਹੜੇ ਪ੍ਰੋਜੈਕਟਡ ਨੰਬਰਸ ਹੈਗੇ ਨੇ ਫੋਰ 2022, ਜਿਹਦੇ ਵਿੱਚ 1,60,000 ਇਮੀਗ੍ਰੇਸ਼ਨ ਆਲਰੇਡੀ ਦਿੱਤੀ ਜਾ ਚੁੱਕੀ ਹੈਗੀ। ਸੋ ਗਵਰਨਮੈਂਟ ਤਾਂ ਆਪਣਾ ਹਾਫ ਤੋਂ ਜ਼ਿਆਦਾ ਟਾਰਗੇਟ 40% ਤੇ ਅਚੀਵ ਕਰਕੇ ਬੈਠੀ ਹੋਈ ਹੈ। ਤੁਸੀਂ ਜਿਵੇਂ ਗੱਲ ਕੀਤੀ ਆ ਅਲੱਗ ਅਲੱਗ ਪ੍ਰੋਵਿੰਸਸ ਦੀ, ਤੁਸੀਂ ਗੱਲ ਕੀਤੀ ਹੈ ਕਿ ਇੱਥੇ PNP ਦੇ ਚਾਂਸਸ ਬਹੁਤ ਵਧੀਆ ਨੇ, ਇਹਦੇ ਵਿੱਚ ਤੁਸੀਂ ਨੋਵਾ ਸਕੋਸ਼ੀਆ ਦੀ ਵੀ ਗੱਲ ਕੀਤੀ ਹੈ, ਥੋੜੀ ਨੋਵਾ ਸਕੋਸ਼ੀਆ ਦੀ ਵੀ ਆਪਾਂ ਗੱਲ ਕਰ ਲਈਏ। 9 ਤਰੀਕ ਨੂੰ ਇੱਕ ਫੈਸਲਾ ਆਉਂਦਾ ਜਿਹਦੇ ਤੋਂ ਬਾਅਦ ਸਟੂਡੈਂਟਸ ਦੇ ਵਿੱਚ
ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਨੋਵਾ ਸਕੋਸ਼ੀਆ ਦੀ ਐਕਸਪ੍ਰੈਸ ਐਂਟਰੀ ਦੇ ਵਿੱਚ ਸਾਰੇ ਵਿਦਿਆਰਥੀ ਜਿਹੜੇ ਆ ਕੁਆਲੀਫਾਈ ਨਹੀਂ ਹੋਣਗੇ, ਸਿਰਫ ਜਿਨ੍ਹਾਂ ਨੇ ਨੋਵਾ ਸਕੋਸ਼ੀਆ ਦੇ ਵਿੱਚ ਡਿਗਰੀਸ ਲਈਆਂ ਨੇ ਜਾਂ ਪੜ੍ਹਾਈ ਕੀਤੀ ਆ ਉਹੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਹੋਣਗੇ। ਹੁਣ ਜਿਹੜੇ ਇੱਥੋਂ ਦੇ ਓਨਟਾਰੀਓ ਦੇ ਸਟੂਡੈਂਟਸ ਨੇ, ਬਹੁਤ ਸਾਰੇ ਸਟੂਡੈਂਟਸ ਉੱਥੇ ਜਾ ਚੁੱਕੇ ਨੇ 6-6 ਮਹੀਨੇ ਤੋਂ ਕੰਮ ਕਰ ਰਹੇ ਨੇ, ਕੀ ਉਹਨਾਂ ਦਾ ਭਵਿੱਖ ਹੁਣ ਖਤਰੇ ਦੇ ਵਿੱਚ? ਪਹਿਲੀ ਗੱਲ ਤਾਂ ਜਿਹੜਾ ਡਿਸੀਜਨ ਆਇਆ ਸੀ ਨੋਵਾ ਸਕੋਸ਼ੀਆ ਦਾ ਉਹ 6 ਨੂੰ ਆਇਆ ਸੀ, 6 ਜੂਨ ਨੂੰ ਉਹ ਡਾਇਰੈਕਟਿਵ ਆਇਆ ਸੀਗਾ ਕਿ ਇੱਕ ਪਾਰਟਿਕੂਲਰ ਕੈਟੇਗਰੀ ਹੈ ਜਿਹਨੂੰ ਅਸੀਂ ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਸਟ੍ਰੀਮ ਕਹਿੰਦੇ ਹਾਂ। ਉਸ ਸਟ੍ਰੀਮ ਦੇ ਵਿੱਚ ਉਹਨਾਂ ਨੇ ਚੇਂਜਸ ਲੈ ਕੇ ਆਏ ਕਿ ਸਾਨੂੰ ਵੀ ਨੀਡ ਦੋ ਸਟੂਡੈਂਟਸ ਟੂ ਕੁਆਲੀਫਾਈ ਅੰਡਰ ਦੀਸ ਪ੍ਰੋਗਰਾਮ ਜਿਹੜੇ ਜਿਨ੍ਹਾਂ ਨੇ ਨੋਵਾ ਸਕੋਸ਼ੀਆ ਦੇ ਵਿੱਚ ਪੜ੍ਹਾਈ ਕੀਤੀ ਹੋਈ ਹੈ। ਸੋ ਇੱਕ ਦਿਸ ਇਜ਼ ਵਨ ਸਟ੍ਰੀਮ ਤਰ੍ਹਾਂ, ਇਹ ਨਹੀਂ ਉੱਥੇ 5-7-8 ਸਟ੍ਰੀਮਸ ਚੱਲ ਰਹੀਆਂ ਹੈਗੀਆਂ। ਨੋਵਾ ਸਕੋਸ਼ੀਆ ਲੇਬਰ ਮਾਰਕੀਟ ਪ੍ਰਾਇਰਟੀਜ਼ ਚੱਲ ਰਹੀ ਹੈ ਜੀ, ਲੇਬਰ ਮਾਰਕੀਟ ਪ੍ਰਾਇਰਟੀਜ਼ ਫੋਰ ਫਿਜ਼ੀਸ਼ੀਅਨਸ ਚੱਲ ਰਹੀ ਹੈ, ਫਿਜ਼ੀਸ਼ੀਅਨਸ ਵਾਸਤੇ ਚੱਲ ਰਹੀ ਹੈ, ਐਂਟਰਪ੍ਰੀਨਿਓਰਸ ਵਾਸਤੇ ਚੱਲ ਰਹੀ ਹੈ, ਇੰਟਰਨੈਸ਼ਨਲ ਗ੍ਰੈਜੂਏਟ ਜਿਹੜੇ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ ਜਾਂਦੇ ਨੇ ਉਹਨਾਂ ਵਾਸਤੇ ਸਟ੍ਰੀਮ ਚੱਲ ਰਹੀ ਹੈ, ਇਨੋਵੇਟਿਵ ਇੰਟਰਨੈਸ਼ਨਲ ਗ੍ਰੈਜੂਏਟਸ ਇਨ ਡਿਮਾਂਡ ਆਕੂਪੇਸ਼ਨ ਸਟ੍ਰੀਮ ਉਹ ਵੀ ਚੱਲ ਰਹੀ ਹੈ, ਆਕੂਪੇਸ਼ਨ ਇਨ ਡਿਮਾਂਡ ਚੱਲ ਰਹੀ ਹੈ। ਉਸ ਤੋਂ ਬਾਅਦ 8ਵੀਂ ਸਟ੍ਰੀਮ ਸੀਗੀ ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ, ਸੋ ਉਸ ਦੇ ਵਿੱਚ ਚੇਂਜਸ ਆਈਆਂ, ਸਿਰਫ ਇੱਕ ਸਟ੍ਰੀਮ ਦੇ ਵਿੱਚ ਚੇਂਜਸ ਆਈਆਂ ਹੈਗੀਆਂ। ਸਰ ਤੁਸੀਂ ਜਿਵੇਂ ਸਟ੍ਰੀਮ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਇਹ ਵੀ ਤਾਂ ਹੈਗਾ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਆਊਟ ਆਫ ਨੋਵਾ ਸਕੋਸ਼ੀਆ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੋਏਗੀ ਉਹਨਾਂ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਨਹੀਂ ਦਿੱਤਾ ਜਾਏਗਾ। ਸੋ ਇਹ ਗੱਲ ਹੋ ਰਹੀ ਹੈ, ਸੋ ਇਹ ਮਤਲਬ ਬਾਕੀ ਸਟ੍ਰੀਮਸ ਦੇ ਵਿੱਚ ਪੋਸਟ ਗ੍ਰੈਡ ਵਰਕ ਪਰਮਿਟ ਤੇ ਮਿਲ ਹੀ ਰਿਹਾ ਹੈਗਾ। ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਕੈਨੇਡਾ ਪੜ੍ਹਾਈ ਕੀਤੀ ਕਿਸੇ ਡੈਜ਼ਿਗਨੇਟਿਡ ਇੰਸਟੀਟਿਊਟ ਤੋਂ, ਜਿਹੜਾ ਰੈਕਗਨਾਈਜ਼ ਯੂਨੀਵਰਸਿਟੀਜ਼ ਹੈਗੇ ਆ ਜਾਂ ਜਿਹੜੀ ਕਾਲਜਸ ਹੈਗੇ ਨੇ, ਜਾਂ ਐਂਡ ਕੁਛ ਇੱਕ ਉਹਦੇ ਵਿੱਚ ਪ੍ਰਾਈਵੇਟ ਕਾਲਜਸ ਵੀ ਇਨਕਲੂਡ, ਸਾਰੇ ਨਹੀਂ, ਸਿਰਫ ਕੁਛ ਇੱਕ ਪ੍ਰਾਈਵੇਟ ਕਾਲਜਸ ਇਨਕਲੂਡਿਡ ਹੈਗੇ ਨੇ, ਉੱਥੇ ਪੜ੍ਹਾਈ ਜੇ 1 ਸਾਲ ਦੀ ਕੀਤੀ ਤਾਂ ਤੁਸੀਂ 1 ਸਾਲ ਦੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ। ਜੇ ਤੁਸੀਂ 2 ਸਾਲ ਵਾਸਤੇ ਪੜ੍ਹਾਈ ਕੀਤੀ ਮਿਨੀਮਮ ਜਾਂ 3 ਸਾਲ ਵਾਸਤੇ ਪੜ੍ਹਾਈ ਕੀਤੀ ਤਾਂ ਤੁਸੀਂ ਮਿਨੀਮਮ 3 ਈਅਰਸ ਦੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗੇ ਹੋ। ਉਹ ਕੈਨੇਡਾ ਫੈਡਰਲ ਰੂਲ ਹੈਗਾ, ਉਹਦੇ ਵਿੱਚ ਪ੍ਰੋਵਿੰਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਤੁਸੀਂ ਓਨਟੈਰੀਓ ਤੋਂ ਪੜ੍ਹਾਈ ਕਰਕੇ ਨਿਕਲੇ ਹੋ, ਤੁਸੀਂ ਕਿਊਬੈਕ ਤੋਂ ਨਿਕਲੇ ਹੋ, ਤੁਸੀਂ ਮੌਂਟਰੀਅਲ ਤੋਂ ਨਿਕਲੇ ਹੋਗੇ ਹੋ, ਯੂ ਆਰ ਐਲੀਜੀਬਲ ਫੋਰ 2-3 ਈਅਰਸ ਆਫ ਪੋਸਟ ਗ੍ਰੈਡ ਵਰਕ ਪਰਮਿਟ ਪ੍ਰੋਵਾਈਡਡ ਤੁਸੀਂ ਮਿਨੀਮਮ 2 ਸਾਲ ਪੜ੍ਹਾਈ ਕੀਤੀ ਹੈ। ਹੁਣ ਉੱਥੇ ਕੀ ਸੀਗਾ ਕਿ ਤੁਸੀਂ ਜਾ ਕੇ ਸੁਪਰਵਾਈਜ਼ਰੀ ਰੋਲ ਲੈ ਲੈਂਦੇ ਸੀਗੇ ਐਂਡ ਤੁਸੀਂ ਕੁਆਲੀਫਾਈ ਹੋ ਜਾਂਦੇ ਸੀਗੇ ਅੰਡਰ ਐਕਸਪ੍ਰੈਸ ਐਂਟਰੀ ਨੋਵਾ ਸਕੋਸ਼ੀਆ ਐਕਸਪੀਰੀਅੰਸ ਕਲਾਸ ਦੇ ਵਿੱਚ। ਸੋ ਉਹਦੇ ਵਿੱਚ ਚੇਂਜਸ ਆਈਆਂ, ਅੱਜ ਵੀ ਡੈਜ਼ਿਗਨੇਟਿਡ ਇੰਪਲੋਇਰਸ ਦੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੈਗੇ ਹੋ ਐਂਡ ਸਟ੍ਰੀਮਸ ਆਰ ਅਵੇਲੇਬਲ। ਸੋ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਆਪਣੇ ਇੰਪਲੋਇਰਸ ਨਾਲ ਗੱਲ ਕਰੋ ਕਿ ਡੈਜ਼ਿਗਨੇਸ਼ਨ ਲੈਣ ਐਂਡ ਡੈਜ਼ਿਗਨੇਸ਼ਨ ਅੱਜ ਦੀ ਤਰੀਕ ਦੇ ਵਿੱਚ ਬੜੀ ਛੇਤੀ ਗ੍ਰੈਂਟ ਕੀਤਾ ਜਾ ਰਿਹਾ। ਜੀ ਤੁਸੀਂ ਡੈਜ਼ਿਗਨੇਸ਼ਨ ਦੀ ਗੱਲ ਕੀਤੀ ਹੈ ਸਰ, ਇਹਦੇ ਵਿੱਚ ਥੋੜੀ ਜਿਹੀ ਇਹ ਵੀ ਗੱਲ ਮੈਂ ਜ਼ਰੂਰ ਪੁੱਛਣਾ ਚਾਹੂੰਗੀ, ਇਹ ਵੀ ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਝ ਸਟ੍ਰੀਮਸ ਨੇ ਜਾਂ ਕੁਝ ਸੈਕਟਰਸ ਨੇ ਜਿਹੜੇ ਕਾਫੀ ਜ਼ਿਆਦਾ ਇਸ ਡਿਸੀਜਨ ਤੋਂ ਪ੍ਰਭਾਵਿਤ ਹੋ ਰਹੇ ਨੇ, ਜਿਹਦੇ ਵਿੱਚ ਖਾਸ ਤੌਰ ਤੇ ਫੂਡ ਇੰਡਸਟਰੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਬਹੁਤ ਸਾਰੇ ਸਟੂਡੈਂਟਸ ਸੀ ਜਿਹੜੇ ਇੱਥੋਂ ਇਹ ਸੋਚ ਕੇ ਉੱਥੇ ਗਏ ਸੀ ਕਿ ਸਾਡੇ ਇੰਪਲੋਇਰ ਸਾਨੂੰ ਕੁਆਲੀਫਾਈ ਕਰਵਾਉਣਗੇ ਪੀਐਨਪੀ ਦਿਵਾਉਣ ਦੇ ਵਿੱਚ, ਤੇ ਉਸ ਤੋਂ ਬਾਅਦ ਅਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਹਾਂ। ਸੋ ਉਹਨਾਂ ਦਾ ਹੁਣ ਕੀ ਭਵਿੱਖ ਰਹਿੰਦਾ ਹੈ? ਐਕਸਪ੍ਰੈਸ ਐਂਟਰੀ ਦੇ ਨੇ ਜੋ ਅੱਜ ਵੀ ਪੀਐਨਪੀ ਦੇ ਥਰੂ ਜਾ ਸਕਦੇ ਨੇ, ਉਹਨਾਂ ਦੇ ਇੰਪਲੋਇਰਸ ਨੂੰ ਡੈਜ਼ਿਗਨੇਸ਼ਨ ਲੈਣਾ ਪੈਣਾ ਹੈ, ਉਹ ਡੈਜ਼ਿਗਨੇਸ਼ਨ ਲੈ ਕੇ ਅੱਜ ਵੀ ਆਪਣੇ ਸਟੂਡੈਂਟਸ ਦੀ ਹੈਲਪ ਕਰ ਸਕਦੇ ਨੇ। ਸੋ ਉਹ ਸਟ੍ਰੀਮਸ ਅੱਜ ਵੀ ਐਗਜ਼ਿਸਟ ਕਰ ਰਹੀਆਂ ਹੈਗੀਆਂ। ਸੋ ਸਟ੍ਰੀਮਸ ਦੇ ਉੱਤੇ ਫਰਕ ਹੈਗਾ ਆ। ਅੱਛਾ, ਓਨਟਾਰੀਓ ਦੀ ਗੱਲ ਕਰਦੇ ਹਾਂ ਤਰਨ, ਓਨਟਾਰੀਓ ਦੇ ਵਿੱਚ ਹਿਊਮਨ ਕੈਪੀਟਲ ਸਟ੍ਰੀਮ ਚੱਲ ਰਹੀ ਹੈਗੀ ਹੈ, ਓਨਟਾਰੀਓ ਦੇ ਵਿੱਚ ਇਨ ਡਿਮਾਂਡ ਆਕੂਪੇਸ਼ਨ ਸਟ੍ਰੀਮ ਚੱਲ ਰਹੀ ਹੈ, ਓਨਟਾਰੀਓ ਦੇ ਵਿੱਚ ਜੋਬ ਆਫਰ ਸਟ੍ਰੀਮ ਚੱਲ ਰਹੀ ਹੈ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਐਂਡ ਬਾਹਰ ਦੇ ਐਪਲੀਕੈਂਟਸ ਵਾਸਤੇ ਵੀ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਇਨ ਡਿਮਾਂਡ ਆਕੂਪੇਸ਼ਨ ਸਟ੍ਰੀਮ ਨਿਕਲ ਰਹੀ ਹੈ ਉਹਦੇ ਵਿੱਚ ਟਰੱਕਿੰਗ ਵਾਲੇ ਵੀ ਤਾਂ ਇਨ ਡਿਮਾਂਡ ਦੇ ਵਿੱਚ ਹੈਗੇ ਨੇ, ਬਟ ਪਿਛਲੇ 18 ਮਹੀਨੇ ਤੋਂ ਟਰੱਕਿੰਗ ਦਾ ਕੋਈ ਡਰਾਅ ਨਹੀਂ ਆਊਟ ਹੋਇਆ। ਸੋ ਆ ਨਹੀਂ ਹੈਗਾ ਕਿ ਆ ਸਟ੍ਰੀਮ ਨਹੀਂ ਐਗਜ਼ਿਸਟ ਕਰੀ, ਦੇਰ ਇਜ਼ ਏ ਬੀ ਸੀ ਐਂਡ ਡੀ ਸਟ੍ਰੀਮਸ ਅਵੇਲੇਬਲ। ਸੋ ਆਪ ਸਟੂਡੈਂਟਸ ਨੂੰ ਦੇਖਣਾ ਹੈ, ਆਪਣੇ ਇੰਪਲੋਇਰ ਨਾਲ ਗੱਲ ਕਰਨੀ ਹੈ, ਜੇ ਡੈਜ਼ਿਗਨੇਸ਼ਨ ਅਪਲਾਈ ਕਰਨਾ ਪੈਂਦਾ ਤੇ ਕਿਸੇ ਕੰਸਲਟੈਂਟ ਲਾਇਰ ਨੂੰ ਲੈ ਕੇ ਦੇ ਕੈਨ ਡੂ ਦੈਟ ਪੇਪਰ ਵਰਕ ਫਾਰ ਦੈਟ ਦੋਜ਼ ਇੰਪਲੋਇਰਸ। ਅਸੀਂ ਕੈਨੇਡਾ, ਅਸੀਂ ਓਨਟਾਰੀਓ, ਅਸੀਂ ਨੋਵਾ ਸਕੋਸ਼ੀਆ ਦੇ ਵਿੱਚ ਆਥੋਰਾਈਜ਼ਡ ਰਿਕਰੂਟਰਸ ਹੈਗੇ ਆ, ਅਸੀਂ ਵੀ ਕੈਨ ਅਸਿਸਟ ਯੂ ਇਨ ਡੂਇੰਗ ਦੋਜ਼ ਥਿੰਗ। ਸੋ ਆਪਰਚੁਨਿਟੀਜ਼ ਅੱਜ ਵੀ ਐਗਜ਼ਿਸਟ ਕਰਦੀਆਂ ਪਈਆਂ ਨੋਵਾ ਸਕੋਸ਼ੀਆ ਦੀਆਂ ਐਂਡ ਇਹ ਘਬਰਾਓ ਨਹੀਂ ਕਿ ਇੱਕ ਡਿਸੀਜ਼ਨ ਨੇ ਇਜ਼ ਨਾਟ ਗੋਨਾ ਚੇਂਜ ਲਾਈਫ ਫਾਰ ਯੂ, ਦੇਰ ਆਰ ਅਦਰ ਸਟ੍ਰੀਮਸ ਦੈਟ ਆਰ ਅਵੇਲੇਬਲ ਜਿਹਦਾ ਤੁਸੀਂ ਫਾਇਦਾ ਲੈ ਸਕਦੇ ਹੋ, ਉਹਦਾ ਓਪਰਚੁਨਿਟੀਜ਼ ਨੂੰ ਦੇਖੋ। ਕਹਿੰਦੇ ਅੱਧਾ ਗਲਾਸ ਖਾਲੀ ਨਾ ਦੇਖੀ ਜਾਓ, ਅੱਧਾ ਗਲਾਸ ਭਰਿਆ ਵੀ ਦੇਖੋ। ਬਿਲਕੁਲ, ਜਿਵੇਂ ਤੁਸੀਂ ਗੱਲ ਭਰੇ ਦੀ ਕੀਤੀ ਹੈ ਸਰ, ਨੋਵਾ ਸਕੋਸ਼ੀਆ ਦੀਆਂ ਬਾਕੀ ਦੀ ਸਟ੍ਰੀਮਸ ਦੀ ਗੱਲ ਕੀਤੀ ਜਾਵੇ, ਇਹਨਾਂ ਉੱਤੇ ਇਸਦਾ ਕੋਈ ਇਫੈਕਟ ਤਾਂ ਨਹੀਂ ਪਏਗਾ? ਜਿਹੜੇ ਸਟੂਡੈਂਟਸ ਜਿਹੜੇ ਹੁਣ ਇਸ ਵਕਤ ਸੋਚਦੇ ਪਏ ਨੇ ਕਿ ਜਿਵੇਂ ਆਪਾਂ ਡਰਾਅ ਦੀ ਵੀ ਗੱਲ ਕਰਦੇ ਹਾਂ ਕਿ ਪਹਿਲੇ ਡਰਾਅ ਦੇ ਵਿੱਚ ਤਾਂ 500+ ਵਾਲੀਆਂ ਐਪਲੀਕੇਸ਼ਨ ਹੀ ਪਿੱਕ ਹੋ ਜਾਣੀਆਂ ਨੇ, ਸੋ ਜਿਨ੍ਹਾਂ ਦਾ ਇਸ ਵਕਤ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁਣ ਇੱਕ ਤਾਂ ਚਾਂਸ ਮਿਲ ਚੁੱਕਿਆ ਕਿ ਤੁਹਾਡਾ ਜਿਹੜਾ
एंड आ भी एक चीज चल रही है कि फूड सैक्टर के जॉब अपॉर्चुनिटीज घट गई, एब्सोल्यूटली नॉट। तरन अज की लेटेस्ट जी रिपोर्ट्स आई है 1 मिलियन के आस पास जॉब ओपनिंग अज भी कैनेडा के एग्जिस्ट कर दी पी। हाँ, फूड सैक्टर एक यहोजी ऑक्यूपेशन है जिद तकरीबन 12% जॉब्स घटिया है, वह रीज़न नहीं कि घट गई तो वह ऑपरचुनिटी नहीं हो रही, 1,35,000 ओपनिंग सगिया कल्ली फूड सैक्टर के। सो फूड सैक्टर के बहुत सारे लोगों ने आके जॉब्स लीतियां है कैनेडा के, सो वह जॉब्स लैन करके ऑपरचुनिटीज घटी घटिया है, बट फिर भी 1,00,000 तो ज़्यादा ओपनिंग्स अज भी एग्जिस्ट कर दी पी, ए नहीं कि इस स्कीम घट गया है। सो एबसोल्यूटली सारिया चीज़ा चल रही है, उस तरह वर्क हम खास तौर पर थोड़ा जहा धार्मिक वीजा वाले की भी गल कर लिए। बहुत सारे इतने आप देखते हैं कि हम वैसे भी समर भी आ चुकी है, उंज भी कुछ ना कुछ धार्मिक रहा गतिविधियां, सो इस लैके जो गल करते हैं आप कुछ रागी जिते भी साढ़े आते हैं या कुछ मंदिर के वालों भी बुलाए जाते हैं पुजारी, सो वो इतने आते हैं तो देखते हैं कि इतने स्कोप उन्होंने बैटर लग रहा वा कि अपने अगर फैमिली के बारे में सोचते हैं, तो अजे जे इस तरीके आते हैं बिल्कुल है। तरन पहली गल तो इस साल इस गर्मियों के एक्सपैक्टेशन है कि 5,00,000 लोग कैनेडा घूम आएंगे एंड कुछ टैंपरेरी वीजा से आएंगे, भावें असं विजिट वीजा की गल कर लीए, स्टडी परमिट की गल कर लीए, सुपर वीजा की गल कर लीए, वर्क परमिट की गल कर लीए, सो एंड डिपेंडेंट वीजा से 5,00,000 एप्लीकेंट के आने की उम्मीद हैगी अगले 2 to 3 महीनों के। बहुत सारी गिनती यहोजे लोगों की भी होएगी, यहोजे एप्लीकेंट्स की होएगी जेडे चाहणगे कि मैं कैनेडा नूं अपना होम कंट्री बना लवा, सो सैटल होने दे नीयत नाल आ रहे। अज की तरीक दे विच भावें तुसीं रागी रागी जत्थे दे विच आए हो, वो रिलीजियस कैटेगरी तो एग्जिस्ट कर ही रही है रिलीजियस वर्कर की, उस तो अलावा भी तुसीं PNP दे ओपरचुनिटी लै सकते हो, तो असीं LMIA लैके PNP दे विच लैके यहोजे PNPs दा बिकॉज जॉब ओपनिंग जिन्नियां हैगियां 1 मिलियन के आस पास जॉब ओपनिंग हैगियां, तुसीं ਉਹਨਾਂ ਓਪਰਚੁਨਿਟੀਜ਼ ਦਾ ਲੈ ਕੇ PNP ਦੇ ਵਿੱਚ 1 ਸਾਲ ਬਾਅਦ ਕੁਆਲੀਫਾਈ ਕਰ ਸਕਦੇ ਹੋ। ਸੋ ਹਰ ਰਾਗੀ ਹਰ ਕੋਈ ਵੀ ਗ੍ਰੇਡ 12 ਤੋਂ ਥੱਲੇ ਨਹੀਂ ਹੈਗੇ, ਸੋ ਗ੍ਰੇਡ 12 ਵੀ ਤਾਂ ਮਿਨੀਮਮ ਆਕੂਪੇਸ਼ਨ ਚਾਹੀਦਾ ਹੈਗਾ। ਹੁਣ ਇਸੇ ਤਰ੍ਹਾਂ ਤਰਨ ਜੀ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੇ ਸਪਾਊਸਿਸ ਓਪਨ ਵਰਕ ਪਰਮਿਟ ਤੇ ਬੈਠੇ ਹੋਏ ਨੇ, ਬਟ ਵੇਟ ਕੀ ਕਰੀ ਜਾਣਗੇ ਕਿ ਪੜ੍ਹਾਈ ਸਪਾਊਸ ਕਰਦਾ ਪਿਆ ਤੇ ਵੇਟ ਕਰੀ ਜਾਣਗੇ ਕਿ ਤੇ ਮੈਂ ਇੱਥੇ ਹੀ ਕੰਮ ਕਰੀ ਜਾਂ ਤੇ ਸਸਟੇਨਿੰਗ ਜੌਬਸ ਕਰੀ ਜਾਂ, ਸਸਟੇਨਿੰਗ ਜੌਬਸ ਵੀ ਕਰਨੀ ਹੈ ਤੇ ਇਹੋ ਜਿਹੇ ਪ੍ਰੋਵਿੰਸ ਤੇ ਜਾ ਕੇ ਕਰੋ ਜਿੱਥੇ ਤੁਹਾਨੂੰ PNP ਦੇ ਵਿੱਚ ਤੁਸੀਂ ਕੁਆਲੀਫਾਈ ਹੋ, ਜਦ ਤੱਕ ਉਹਦੀ ਪੜ੍ਹਾਈ ਖਤਮ ਹੋਏਗੀ ਤਾਂ ਤੱਕ ਤੁਹਾਡੀ PR ਹੋ ਜਾਣੀ ਹੈਗੀ ਹੈ। ਵਾਈ ਆਰ ਯੂ ਵੇਟਿੰਗ ਕਿ ਉਹ ਉਹ ਟਾਈਮ ਨਾ ਆਵੇ? ਤੁਸੀਂ ਅਸੀਂ ਨਾ ਇੱਕ ਸਾਡੇ ਨਾ ਬੱਚਿਆਂ ਦਾ ਇੱਕ ਹੈਗਾ ਆ ਕਿ ਅਸੀਂ ਉਹ ਘੋੜੇ ਦੇ ਬਣਾ ਦਿੰਦੇ ਨਾ, ਅਸੀਂ ਨਾ ਲੈਫਟ ਦੇਖਣਾ ਨਾ ਰਾਈਟ ਦੇਖਣਾ, ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਟਿਕਟੌਕ ਤੇ ਜਿਹੜੇ ਅਨਕੁਆਲੀਫਾਈਡ ਬੰਦੇ ਹੈਗੇ ਨੇ ਉਹਨਾਂ ਨੇ ਵੀਡੀਓ ਪਾਤੀ, ਉਹ ਅਸੀਂ ਮੰਨ ਲੈਣਾ ਹੈਗਾ, ਇਹਨੂੰ ਨਹੀਂ ਮੰਨਣਾ ਕਿ ਕਿਸੇ ਕੰਸਲਟੈਂਟ ਲਾਰ ਦੂ, किसी कंसल्टेंट किसी लॉयर को जाके अपना केस डिस्कस करो, अपनी ऑपरचुनिटीज डिस्कस करो, एंड देर आर लॉट ऑफ ऑपरचुनिटीज जो अज की तरीक अवेलेबल है, सो उन्होंने ऑपरचुनिटीज जान दो, ए ना सोचो कि मैं ओंटेरियो नहीं छड़ना, मैं ब्रैम्पटन नहीं छड़ना, मैं सरी नहीं छड़ना, मैं जे सैस्कैचवान आ गया सैस्कतून आ गया, सैस्कतून के भी बड़ी ऑपरचुनिटीज है, सो अपनी कंफर्ट जोन चो थोड़ा जहा बाहर निकलो, एंड जब तक थोड़ा स्पाउस कंप्लीट करेगा अपनी पढ़ाई तां तक थोड़ा PNP सर्टिफिकेट भी आ चुका होगा, तो उस तो बाद स्ट्रगल करन दी की लोड हैगी है। सो ऑपरचुनिटीज़ अपने वास्ते इनकैश करनी शुरू करो, अपनी फैमिली वास्ते लभो, एंड ए ना वेट करो कि मैं वेट ही करता रहा। तरन हुण इसे तरह बहुत सारे एप्लीकेंट्स इस टाइम कैनेडा दे विच एहोरे प्रेजेंट हैगे ने जिहड़े जिन्हां दे स्पाउसिस डिपेंडेंट वीजा ते हैगे ने, बॉन्डेड वीजा ते हैगे ने, उस इंपलॉयर नाल काम कर सकते हैं, हुण उन्हां दे स्पाउसिस कोल ओपन वर्क परमिट हैगा, वेट करी जा रहे कि BC PNP नहीं क्वालीफाई कर रहा है, वेट करी जा रहा कि ओंटेरियो PNP नहीं पिक कर रहा है, ये आ नहीं पिक कर रहा, तुहाडे स्पाउस कोल ओपन वर्क परमिट है, बाकी प्रोविंसेस दा ट्राई करो, नोवा स्कोशिया इज एन अमेजिंग ऑपरचुनिटी, न्यू ब्रंसविक इज अमेजिंग ऑपरचुनिटी, विनीपेग इज एन अमेजिंग ऑपरचुनिटी, सस्कैचवान इज अमेजिंग ऑपरचुनिटी, असं वेट क्यों करते पे हाँ उस चीज वास्ते जिहड़ा दरवाजा बंद है, असं जिहड़े दरवाजे खुले है उन्हां वास्ते नहीं देखना। जो तुम गल करते हो बॉन्डेड वर्क परमिट की, तो जो बॉन्डेड वर्क परमिट के कोई परसन हों, तो उस तो बाद जो अभी देखते हैं कि उन्हों का PR भी कोई स्कोप नहीं बन पाता, उसके लिए या कुछ वायलेशंस होने के चलते वो बॉन्डेड वर्क परमिट को चेंज करवा सकते हैं, क्योंकि एक प्रोविंस के कर रहे हो बॉन्डेड वर्क कर रहे हो, बट ना तो PR किसी तरीके हेल्प हो रही है, ना तो प्रॉपर तो वायलेशन इफेक्ट हो रही है इंपलॉयर्स की, सो इस मामले के कर सकते हैं जरा स्पाउस बॉन्डेड वर्क परमिट है उन्होंने दूसरे स्पाउस ओपन वर्क परमिट मिले हुआ, जो ओपन वर्क परमिट है तो कि प्रोविंस की PNP PR करवा रही है अज की तरीक जे BC के पॉइंट्स उपर जा रहे हैं, तो BC क्यों असी देखी जा रहे हैं, असी बाकी प्रोविंसिस क्यों नहीं देखते, असी बाकी प्रोविंसिस देखिए, बहुत सारे मेरे को यहोजे आते हैं कुक्स जे
बीसी ਦੇ ਵਿੱਚ ਬੈਠੇ ਹੋਏ ਨੇ ਸਸਕੈਚਵਾਨ ਅੱਜ ਦੀ ਤਰੀਕ ਦੇ ਵਿੱਚ ਓਪਨ ਹੈਗਾ ਸਸਕੈਚਵਾਨ ਦੇ ਵਿੱਚ ਵਿਦਿਨ 4 ਵੀਕਸ ਤੁਹਾਨੂੰ ਪੀਐਨਪੀ ਇਸ਼ੂ ਹੋ ਰਿਹਾ ਤੁਸੀਂ ਬੀਸੀ ਦੇ ਵਿੱਚ ਸਕੋਰ ਦੇਖੀ ਜਾਣਾ ਕਿ ਬੀਸੀ ਦਾ ਸਕੋਰ ਨਹੀਂ ਮੇਰਾ ਬਣ ਰਿਹਾ ਮੇਰਾ ਸਕੋਰ ਘੱਟ ਬਣ ਰਿਹਾ ਤੇ ਤੁਸੀਂ ਓਪਰਚੁਨਿਟੀਜ਼ ਬਾਕੀ ਪ੍ਰੋਵਿੰਸਸ ਦੇ ਵਿੱਚ ਕਿਉਂ ਨਹੀਂ ਦੇਖਣੀ ਸੋ ਐਸੇ ਤਰ੍ਹਾਂ ਜਿਹੜੇ ਵੀ ਇਸ ਟਾਈਮ ਵਿਜ਼ਟਰ ਕੈਨੇਡਾ ਦੇ ਵਿੱਚ ਹੈਗੇ ਨੇ ਦਿਆਰਾ ਅੱਜ ਦੀ ਤਰਨ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਟਾਈਮ ਚੱਲ ਰਿਹਾ ਇਸ ਤੋਂ ਬਿਹਤਰ ਟਾਈਮ ਕੈਨੇਡਾ ਸੈਟਲ ਵਾਸਤੇ ਨਹੀਂ ਹੋ ਸਕਦਾ ਜਿਹੜਾ ਬਿਜ਼ਨਸਮੈਨ ਹੈਗਾ ਆ ਜਿਹੜਾ ਵਰਕ ਪਰਮਿਟ ਤੇ ਘੁੰਮਣ ਫਿਰਨ ਆਇਆ ਹੋਇਆ ਜਿਹੜਾ LMIA ਤੇ ਆਇਆ ਹੋਇਆ ਜਿਹੜਾ ਵਿਜ਼ਿਟ ਵੀਜ਼ਾ ਤੇ ਆਇਆ ਹੋਇਆ ਅੱਜ ਦੀ ਤਰੀਕ ਦੇ ਵਿੱਚ LMIA ਲੈ ਕੇ ਜੌਬ ਆਫਰ ਲੈ ਕੇ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ ਹੈ ਸਾਲ ਕੰਮ ਕਰੋ ਤੁਸੀਂ PR ਵਾਸਤੇ ਐਲੀਜੀਬਲ ਹੋ ਸਕਦੇ ਹੋ ਓਨਲੀ ਥਿੰਗ ਇਜ਼ ਕਿ ਤੁਹਾਨੂੰ ਆਹ ਸੋਚਣਾ ਪਏਗਾ ਕਿ ਮੈਂ ਕੈਨੇਡਾ ਸੈਟਲ ਹੋਣਾ ਆਇਆ ਮੈਂ ਓਨਟੇਰੀਓ ਬ੍ਰੈਂਪਟਨ ਨਹੀਂ ਸੈਟਲ ਹੋਣਾ ਆਇਆ ਜੇ ਆਹ ਸੋਚੋਗੇ ਕਿ ਲਾਸਟ ਈਅਰ ਤਰਨ 4,05,000 ਐਪਲੀਕੇਸ਼ਨਸ ਥਰੂ ਹੋਈਆਂ ਲਾਸਟ 4,05,000 ਲੋਕਾਂ ਨੂੰ ਇਮੀਗ੍ਰੇਸ਼ਨ ਦਿੱਤੀ ਗਈ ਰਾਈਟ ਉਹਦੇ ਵਿੱਚ 49% ਐਪਲੀਕੈਂਟਸ ਟੋਰਾਂਟੋ GTA ਦੇ ਵਿੱਚ ਰਹਿ ਗਏ ਤੁਹਾਨੂੰ ਇਹ ਪਤਾ 49% ਤੋਂ 4,06,000 ਨੂੰ ਜੇ ਦਿੱਤੀ ਗਈ ਤੇ 2,00,000 ਦੇ ਆਸ-ਪਾਸ ਸਿਰਫ GTA ਦੇ ਵਿੱਚ ਰਹਿ ਗਏ ਸੋ ਐਸੇ ਕਰਕੇ GTA ਦੀ ਹਾਊਸਿੰਗ ਪ੍ਰਾਈਸਿਸ ਇੰਸ਼ੋਰੈਂਸਿਸ ਨੂੰ ਇੰਨਾ ਜੰਪ ਪਿਆ ਸੋ ਅਸੀਂ ਆਹ ਸੋਚ ਕੇ ਆਨੇ ਆ ਕਿ ਅਸੀਂ ਜਿਹੜੀ ਇਮੀਗ੍ਰੇਸ਼ਨ ਲੈਣੀ ਨਾ ਬ੍ਰੈਂਪਟਨ ਦੀ ਲੈਣੀ ਹੈ ਜਾਂ ਸਰੀ ਦੀ ਲੈਣੀ ਹੈ ਆਹ ਸੋਚ ਕੇ ਆਓ ਕਿ ਮੈਂ ਕੈਨੇਡਾ ਇਜ਼ ਐਨ ਅਮੇਜ਼ਿੰਗ ਕੰਟਰੀ ਐਂਡ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਤੁਹਾਡੇ ਵਾਸਤੇ ਐਗਜ਼ਿਸਟ ਕਰ ਰਹੀਆਂ ਆਪਣੀ ਵਿੰਡੋਜ਼ ਖੋਲ ਕੇ ਆਓ ਐਂਡ ਕੈਨੇਡਾ ਦੇ ਸਾਰੇ ਸੂਬੇ ਤੁਹਾਨੂੰ ਆਵਾਜ਼ ਮਾਰ ਰਹੇ ਨੇ ਨੋਵਾ ਸਕੋਸ਼ੀਆ ਨੇ ਕੱਲ ਆਪਣੇ ਨੰਬਰਸ ਰਿਲੀਜ਼ ਕੀਤੇ ਨੇ ਸਰਨ ਪਿਛਲੇ ਸਾਲ ਉਹਨਾਂ ਦਾ ਨੰਬਰਸ ਪੂਰੇ ਸਾਲ ਦਾ ਸੀਗਾ 4,500 ਐਪਲੀਕੇਸ਼ਨਸ ਥਰੂ ਕਰਨ ਦਾ ਉਸ ਤੋਂ 2 ਸਾਲ ਪਹਿਲਾਂ 19% ਦਾ ਜੰਪ ਲੱਗਾ ਸੀਗਾ ਮਤਲਬ ਉਸ ਤੋਂ 4 ਸਾਲ 3,000 ਐਪਲੀਕੇਸ਼ਨਸ ਥਰੂ ਹੋਈਆਂ ਸੀਗੀਆਂ ਇਸ ਸਾਲ ਦਾ 2022 ਦਾ ਕੋਟਾ 6,500 ਐਪਲੀਕੇਸ਼ਨਸ ਦਾ ਹੈਗਾ ਕਿਉਂਕਿ ਦਿਸ ਪ੍ਰੋਗਰਾਮ ਇਜ਼ ਡੂਇੰਗ ਅਮੇਜ਼ਿੰਗਲੀ ਗੁੱਡ ਰਿਜ਼ਲਟਸ ਗਿਵਿੰਗ ਟੂ ਦੈਮ ਬੀਂਗ ਗਿਵਨ ਟੂ ਦੈਮ ਸੋ ਉਹ ਅਸੀਂ ਉਹ ਦੇਖੋ ਕਿ ਮੇਰਾ ਹਾਫ ਗਲਾਸ ਫੁੱਲ ਕਿੱਥੇ ਨਜ਼ਰ ਆਉਂਦਾ ਮੈਨੂੰ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਐਟਲਾਂਟਿਕ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੱਸਦੇ ਹੋ ਅਕਸਰ ਕਿ ਐਟਲਾਂਟਿਕ ਪ੍ਰੋਵਿੰਸਸ ਦੇ ਵਿੱਚ ਕਿੰਨੀਆਂ ਓਪਰਚੁਨਿਟੀਜ਼ ਹੋ ਸਕਦੀਆਂ ਪਰ ਇੱਥੇ ਬੈਠੇ ਸਟੂਡੈਂਟਸ ਜਾਂ ਇਮੀਗ੍ਰੇਸ਼ਨ ਨੂੰ ਜਿਹੜੇ ਇਸ ਵਕਤ ਵੇਖ ਰਹੇ ਨੇ ਸੁਣ ਰਹੇ ਨੇ ਉਹ ਇਸ ਦਾ ਫਾਇਦਾ ਨਹੀਂ ਚੱਕ ਪਾਉਂਦੇ ਜਦਕਿ ਦੂਜੀਆਂ ਕੰਟਰੀਜ਼ ਬੈਠੇ ਏਜੰਟਸ ਇਸ ਚੀਜ਼ ਦੇ ਉੱਤੇ ਫਾਇਲਸ ਲਗਾ ਕੇ ਉੱਥੋਂ ਦੇ ਉਮੀਦਵਾਰਾਂ ਨੂੰ ਜ਼ਰੂਰ ਇੱਥੇ ਬੁਲਾ ਲੈਂਦੇ 100% ਤਰਨ ਅੱਜ ਦੀ ਤਰੀਕ ਦੇ ਵਿੱਚ ਮੈਂ ਨੋਵਾ ਸਕੋਸ਼ੀਆ ਨਿਊ ਬ੍ਰਾਂਸਵਿਕ ਨਿਊ ਫਾਊਂਡਲੈਂਡ ਪ੍ਰਿੰਸ ਐਡਵਰਡ ਆਇਲੈਂਡ ਸਾਰਾ ਘੁੰਮ ਕੇ ਆਇਆ ਐਂਡ ਮੈਂ ਦੇਖਿਆ ਕਿ ਯੂਰੋਪੀਅਨਸ ਬਹੁਤ ਸਾਰੇ ਆ ਕੇ ਉਹਨਾਂ ਪ੍ਰੋਵਿੰਸਸ ਦੇ ਵਿੱਚ ਸੈਟਲ ਹੋਣਾ ਸ਼ੁਰੂ ਹੋ ਗਏ ਨੇ ਬਿਕੋਜ਼ ਦੇ ਨੋ ਕਿ ਉੱਥੇ ਕਲਚਰ ਬਹੁਤ ਵਧੀਆ ਹੈਗਾ ਉੱਥੇ ਵਰਕਿੰਗ ਐਟਮੋਸਫੇਅਰ ਬਹੁਤ ਵਧੀਆ ਹੈਗਾ ਉੱਥੇ ਬਿਜ਼ਨਸ ਓਪਰਚੁਨਿਟੀਜ਼ ਬਹੁਤ ਹੈਗੀਆਂ ਐਂਡ ਵਾਈ ਨਾਟ ਅੱਛਾ ਇੱਕ ਹੋਰ ਚੀਜ਼ ਆ ਤਰਨ ਘੁੰਮਣ ਆਏ ਆ ਜਿਹੜਾ ਬੰਦਾ ਐਪਲੀਕੈਂਟ ਉਹਨੂੰ ਕੀ ਪਤਾ ਕਿ ਬ੍ਰੈਂਪਟਨ ਤੇ ਨੋਵਾ ਸਕੋਸ਼ੀਆ ਹੈਲੀਫੈਕਸ ਦੇ ਵਿੱਚ ਕੀ ਫਰਕ ਹੈ ਬਟ ਉਹਦੀ ਸੋਚ ਆ ਕਿ ਮੇਰੇ ਦੋਸਤ ਮੇਰਾ ਭਾਈ ਮੇਰਾ ਰਿਸ਼ਤੇਦਾਰ ਇੱਥੇ ਰਹਿੰਦਾ ਆ ਉਸ ਦੋਸਤ ਰਿਸ਼ਤੇਦਾਰ ਨੇ ਸਿਰਫ ਉਹਨੇ ਕੀ ਹੈਲਪ ਕਰਨੀ ਕਿ ਘਰ ਦੇ ਵਿੱਚ ਕਮਰਾ ਦੇ ਦੇਣਾ ਤੇ ਬਟ PR ਇੱਥੇ ਨਹੀਂ ਹੋਣੀ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡਾ ਸਕੋਰ ਹੀ ਉਹਨੇ ਉੱਥੇ ਬਣਨਾ ਕੰਮ ਕਰਨਾ ਹਰੇਕ ਪ੍ਰੋਵਿੰਸ ਕੰਮ ਕਰਨਾ ਹਰ ਜਗ੍ਹਾ ਕਰਨਾ ਹੈ ਤੁਸੀਂ ਜਿੱਥੇ ਕੰਮ ਕਰਨਾ ਉੱਥੇ ਸੈਲਰੀ ਲੈਣੀ ਹੈਗੀ ਸੋ ਵਾਈ ਨਾਟ ਹੈਲੀਫੈਕਸ ਇਹ ਨਹੀਂ ਕਿ ਮੈਂ ਮੈਨੂੰ ਕੋਈ ਹੈਲੀਫੈਕਸ ਨੇ ਬ੍ਰਾਂਡ ਬੈਸਟ ਨਹੀਂ ਬਣਾਇਆ ਐਟਲਾਂਟਿਕ ਵਾਸਤੇ ਬਟ ਯੂ ਨੋ ਤਰਨ ਮੈਂ ਇੱਕੋ ਚੀਜ਼ ਕਹਿੰਦਾ ਕਿ ਜਿਹੜੀ ਓਪਰਚੁਨਿਟੀ ਸਾਹਮਣੇ ਪਈ ਹੋਵੇ ਜਿਹੜੀ ਆ ਬਰਡ ਇਨ ਹੈਂਡ ਇਜ਼ ਆਲਵੇਜ਼ ਬੈਟਰ ਦੈਨ ਟੂ ਇਨ ਦਾ ਬੁਸ਼ ਬਹੁਤ ਸਾਰੇ ਬੱਚੇ ਹਲੇ ਵੀ ਵੇਟ ਕਰੀ ਜਾ ਰਹੇ ਕਿ TR2 PR2 ਆ ਰਿਹਾ ਉਹਦੇ ਬਾਰੇ ਉਹ ਜਦੋਂ ਆਏਗਾ ਤਾਂ ਉਹ ਪ੍ਰੋਗਰਾਮ ਬਣੇਗਾ ਉਹ ਹਲੇ ਤਾਂ ਲਾਅ ਹੀ ਨਹੀਂ ਹੈਗਾ ਹਲੇ ਤਾਂ ਉਹ ਲਾਅ ਬਣਨਾ ਹੈਗਾ ਹਲੇ ਤਾਂ ਪ੍ਰੋਗਰਾਮ ਆਉਣਾ ਉਸ ਤੋਂ ਬਾਅਦ ਲਾਅ ਬਣਨਾ ਉਸ ਤੋਂ ਬਾਅਦ ਉਹਦੇ 'ਤੇ ਤੁਸੀਂ ਫਾਈਲ ਲੱਗੇਗੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਕੁਆਲੀਫਾਈ ਕਰਦਾ ਜਿਹੜਾ ਤੁਹਾਨੂੰ ਪ੍ਰੋਗਰਾਮ PR ਕਰਵਾਉਂਦਾ ਪਿਆ ਉਹਨੂੰ ਗ੍ਰੈਬ ਕਰੋ ਸੋ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸਾਡੇ ਨਵੇਂ ਇਮੀਗ੍ਰੇਸ਼ਨ ਮੰਤਰੀ ਨੇ ਉਹ ਲਗਾਤਾਰ ਕਾਫੀ ਸਖਤ ਫੈਸਲੇ ਵੀ ਲੈ ਰਹੇ ਨੇ ਚਾਹੇ ਉਹ ਕਿਊਬੇ ਕਾਲਜਿਸ ਦੀ ਗੱਲ ਕੀਤੀ ਜਾਵੇ ਉਹਨਾਂ ਤੋਂ ਬਾਅਦ ਉਹ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਚੇਂਜਸ ਆ ਰਹੇ ਨੇ ਹੁਣ ਪ੍ਰੋਵਿੰਸਸ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਸਖਤ ਹੋ ਰਹੀਆਂ ਨੇ ਕਿਊਬੇਕ ਦੇ ਹੋ ਚੁੱਕਿਆ ਕਿ ਜਿਹੜੇ ਵੀ ਕਾਲਜਿਸ ਨੇ ਪ੍ਰਾਈਵੇਟ ਕਾਲਜਿਸ 'ਚ ਐਡਮਿਸ਼ਨ ਲਓਗੇ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਨੋਵਾ ਸਕੋਸ਼ੀਆ ਨੇ ਵੀ ਹੁਣ ਰੀਸੈਂਟਲੀ ਕਿਵੇਂ ਦਾ ਫੈਸਲਾ ਕੱਢਿਆ ਸੋ ਇਸ ਤੋਂ ਬਾਅਦ ਸਟੂਡੈਂਟਸ ਖਾਸ ਤੌਰ ਤੇ ਥੋੜਾ ਜਿਹਾ ਵਰਡ ਜ਼ਰੂਰ ਹੋ ਗਏ ਨੇ ਕਿ ਜਿਵੇਂ ਐਵੇਂ ਦੇ ਫੈਸਲੇ ਹੋ ਰਹੇ ਨੇ ਜੋ ਕਿਸੇ ਪ੍ਰੋਵਿੰਸ ਦੇ ਵਿੱਚ ਮੂਵ ਕਰਦੇ ਨੇ ਕੱਲ ਨੂੰ ਉੱਥੇ ਨਾ ਕੋਈ ਰੋਲ ਚੇਂਜ ਹੋ ਜਾਏ ਤਰਨ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਜਿਹੜੇ ਸੀਨ ਫਰੇਜ਼ਰ ਹੈਗੇ ਨੇ ਹੀ ਕਮਸ ਫਰੋਮ ਹੈਲੀਫੈਕਸ ਨੋਵਾ ਸਕੋਸ਼ੀਆ ਤੋਂ ਆਉਂਦੇ ਨੇ ਹੈਲੀਫੈਕਸ ਵੈਸਟ ਉਹਨਾਂ ਦੀ ਰਾਈਡਿੰਗ ਹੈਗੀ ਹੈ ਉਹਨਾਂ ਦੀ ਕਨਸਟੀਟੂਐਂਸੀ ਹੈਗੀ ਹੈ ਹੀ ਨੋਜ਼ ਕਿ ਉੱਥੇ ਜਿੰਨੇ ਵੀ ਇੰਪਲੋਇਰ ਸੀਗੇ ਉਹ ਕਿਸ ਕਿਸ ਮੁਸ਼ਕਲਾਂ ਤੋਂ ਨਿਕਲ ਰਹੇ ਸੀਗੇ ਉਹ ਇਹ ਵੀ ਜਾਣਦੇ ਨੇ ਕਿ ਲੇਬਰ ਸ਼ਾਰਟੇਜਸ ਕੀ ਹੁੰਦੀਆਂ ਉਹਨਾਂ ਦੀ ਪ੍ਰੋਵਿੰਸਿਸ ਉਹਨਾਂ ਦੇ ਇੰਪਲੋਇਰਸ ਉਹਨਾਂ ਦੇ ਕਨਸਟੀਟੂਐਂਟਸ ਨੇ ਕਿਸ ਤਰ੍ਹਾਂ ਦੀਆਂ ਸ਼ਾਰਟੇਜਸ ਲਿੱਤੀਆਂ ਹੋਈਆਂ ਐਂਡ ਅੱਜ ਦੀ ਤਰੀਕ ਦੇ ਵਿੱਚ ਹੀ ਇਜ਼ ਡੂਇੰਗ ਐਨ ਅਮੇਜ਼ਿੰਗਲੀ ਗੁੱਡ ਜੌਬ ਅਸੀਂ ਕਿਊਬੈਕ ਦੇ ਕਾਲਜਿਸ ਨੂੰ ਲੈ ਕੇ ਕਹਿ ਦਈਏ ਹੀ ਇਜ਼ ਡਨ ਅ ਵੈਰੀ ਗੁੱਡ ਜੌਬ ਜਿਹੜੀ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਜਿਹੜਾ ਚੇਂਜਸ ਲੈ ਕੇ ਆ ਰਹੇ ਨੇ ਟਵੀਕਸ ਕਰਦੇ ਨੇ ਥੋੜ੍ਹੇ ਥੋੜ੍ਹੇ ਜਿਹੇ ਐਂਡ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਜ਼ ਇੰਪਲੀਮੈਂਟਿੰਗ ਕਿ 6 ਮਹੀਨੇ ਤੋਂ ਵੱਧ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਨਹੀਂ ਹੋਣਾ ਚਾਹੀਦਾ
2023 देखोगे हर एप्लीकेशन 6 महीने दे विच इट विल गेट डन। असी एप्लीकेंट नू वेट क्यों करवाना है 2 साल 3 साल 4 साल। असी केयर गिवर की एप्लीकेशन की गल करते हैं 2019 तो हाले भी वेट करते हैं। सो ही इज गोइंग टू इंप्लीमेंट ऑल दीज थिंग। सो वो बरीकियां नू जानते हैं, छोटे शहर तो आन करके ही नोज द प्रॉब्लम ऑफ दोज टाउन। अज तक जिन्हें भी इमीग्रेशन मंत्री आए ने वो तो वड्डे शहरों तो, टोरंटो तो, GTA तो ही आए ने, वो तो छोटे शहरों तो कभी आए ही नहीं है। सो ये बारे ये भी सोचा जा सकता कि आने वाले समय, क्योंकि उन्होंने भी ये इस चीज़ को लेकर पॉइंट हाईलाइट किया कि जेडे खास तौर पर स्टूडेंट्स जेडे इतने लो कैटेगरी जॉब करते हैं, नौ जिन्हें नौ सी एंड डी जॉब्स ने, उन्होंने लिए अक्सर PR के चांसिस बहुत घट जाते हैं। सो क्योंकि वो कैनेडा में रह रहे हैं, कैनेडा के माहौल तो वाकिफ ने, कैनेडा की इकोनमी के अपना पूरा योगदान पा रहे हैं। सो उन्होंने PR तक का राह सौखा करने के लिए की कोई प्रोग्राम एवं हो सकते हैं या जे है तो कड़े तरन अज भी एग्जिस्ट कर रहे हैं जी। अज भी PNP प्रोग्राम योजे एग्जिस्ट कर रहे हैं जिदे उम्र 55 तो घट होनी चाहिए है, तो कोल ग्रेड 12 होने चाहिए, 4 बैंड आयलैंड होने, तो PR के जा सकते हो, PNP के थ्रू क्वालीफाई कर सकते हो ब्लू कॉलर, तुम वाइट कॉलर लैके करनी की है जॉब। साढ़े एक होर चीज़ हैगी है कि जिन्हें भी साढ़े पंजाबी आते हैं ना, वो आ सोच के आते नहीं अच्छी जाके ट्रक ड्राइवर का ट्रक का लाइसेंस लेना है, ट्रक से चल के अभी PNP ले लेनी है। पिछले डेढ़ साल तो ओंटेरियो की PNP आई नहीं हैगी, तो तुम कितों ले लेनी हैगी है। यू नो असी भेड़ चाल के पिछे पैना बंद करो, देर आर ऑपरचुनिटी जिहड़ियां सामने पई हैं, बट अपने एक जे कहें सैल्फ इंपोज डॉक्टर है उन्होंने बचो, जे सिर्फ टिकटॉक बना के इंस्टाग्राम बना के चीज़ा दे, एक्चुअल कंसल्टेंट दे कोल, एक्चुअल लॉयर दे कोल जाके अपना केस डिस्कस करो। एंड बहुत सारे एहोरे भी इंटरनेशनल स्टूडेंट्स है जेडे आज दी तरीक दे विच वड्डे डॉक्टर MD DM भी बने हुए हैं, एंड दे आर द वंस हु आर गिविंग एडवाइसेस। बिल्कुल ऑपरचुनिटीज तुहाडे कोल खबर सब तो पहला आती है, बट उस खबर नू जिस तरह होवे उस तरह प्रजेंट करो, ना कि तोड़ मरोड़ के। जिवें खबर की गल कीती है सर, कुछ इहदे बारे भी जानकारी मिल सकती है कि जिहड़े खास तौर ते इत्थे वर्क परमिट की वेट कर रहे हैं विजिटर्स जो आए हुए हैं, उन्होंने लिए की ऑपरचुनिटीज एग्जिस्ट कर दी ने, जो उन्होंने को एक्सपीरियंस है किसी फील्ड के, या जो सोचते हैं कि इतने अपना खुद का बिजनेस वो चला सकते हैं, दोनों ऑपरचुनिटीज एग्जिस्ट कर रही तरन। अज की तरीक के पब्लिक पॉलिसी हैगी है टिल फरवरी 2023। मैं बार बार कहना बिकॉज द पब्लिक पॉलिसी के तहत तुम्हें आराम नाल वर्क परमिट मिल सकता है। सो ओदी ऑपरचुनिटी नू ग्रैब करो, तुसी बिजनेस बाय करोगे ओदे विच भी असी हेल्प कर सकते हैं, जे तुसी लेना चाहते हो असी कुछ फूड फ्रेंचाइजी नू डील करते हैं, एंड असी तुहानू असिस्ट कर सकते हैं, ईज आउट कर सकते हैं तुहाडा ओ सारा प्रोसेस। दूसरा जे तुहानू मैनेजमेंट दे विच हेल्प चाहिए है उस डे टू डे रनिंग इनिशियल रनिंग दे विच, ते ओ भी इंप्लॉयर ओ फ्रेंचाइजर ही तुहानू हेल्प करा के दे सकता है। नाल दी नाल जे कोई भी विजिटर इस टाइम कैनेडा दे विच हैगा या जिहड़ा जिहदा स्पाउस जिहदे कोल भी ओपन वर्क परमिट हैगा, अज की तरीक दे विच छेती तो छेती PR किस तरह हो सकती है, अपने कंफर्ट जोन चो तुहानू बाहर निकलना पैना है, एंड देयर आर ऑपरचुनिटीज जिहड़ियां अज भी वर्क कर सकदी हैं। उम्र 55 तो थले, 4 बैंड आयलैंड दे विच, एंड ग्रेड 12 दी असैसमेंट डिग्री असैसमेंट जरूर होनी चाहिए। सो आ 3 चीज़ा चाहिए करन। वाइट कॉलर दे विच रह के असी सोची जाना कि साडा PR नहीं हो रही, एक्सप्रेस एंट्री दे विच असी 435 स्कोर, वाई डू वॉन्ट टू वेट, वाई डू वॉन्ट टू बी इन दैट बोर्ड के मैं वेट ही करता रहा, जदों खुलेगा तो ओपरचुनिटीज आन गया। 435 तो भी नहीं आनियाँ, पहले भी नहीं कभी आई हैं, 435 5 साल हो गए ने, 435 असी स्कोर ही नहीं टच किया, तो असी वेट किस चीज़ की कर रहे हैं। जे तुसी सीरियस कंटेंडर है हो, अपना विजिट वीजा लगवाओ, कैनेडा आओ, ओपरचुनिटीज देखो, एंड ग्रैब दो। पेरेंट्स एंड ग्रैंड पेरेंट्स को लेकर भी एक खबर आई थी जिसे कहा गया कि हुण वो इत्थे घट्टो घट्ट 5 साल ही रह सकते हैं। सो इस मामले में भी जानना चाहोगे ड्रॉ का कदों तक पॉसिबिलिटी नज़र आ सकती है। करण जी जिहड़े चेंजेस आए थे वो एक्सप्रेस एंट्री के आए थे, सुपरवीजा के आए थे। सुपरवीजा के अज की तरीक के 4 जुलाई तो बाद जो पेरेंट्स लैंड करेंगे उन्होंने 5 साल की एंट्री मिल सकती है। बट एक चीज़ होर है, बहुत सारे पेरेंट्स जिन्हों के कोल इंश्योरेंस होंगी भी हैगी है, तुम इंश्योरेंस बाय करके आना है, पहले इंश्योरेंस जे जिहदे कोल हैगी भी हैगी वो प्रजेंट नहीं करते एज द ऑफिसर। सो एंट्री जो ऑफिसर दिता वो 6 महीने की एंट्री दिता, तो मेक श्योर जो भी तुहाडे माँ प्यो मम्मी डैडी तुहाडे पेरेंट्स तुहाडे ग्रैंड पेरेंट्स लैंड करन एयरपोर्ट के उत्ते, उन्होंने कोल उन्होंने गल करके रखो कि इंस्ट्रक्ट करके रखो, उन्होंने दस के रखो कि उन्होंने कोल इंश्योरेंस हाथ के होनी चाहिए पासपोर्ट के नाल, ताकि ऑफिसर नूं उत्थे प्रेजेंट कर सकन, ताकि एंट्री 5 साल की मिले, ऐ ना हो कि हर 5 महीने बाद 6 महीने बाद तुहानूं दुबारा रिन्यूअल पाना पवे। पहली गल तो आ हो गई। सो आ 5 साल का ऑपरचुनिटी बड़ी वधिया आई है जी, एंड कोई भी पेरेंट्स 5 साल स्ट्रेट रहिंदे नहीं है, बिकॉज पेरेंट्स के विच होंदा है कि असी साल डेढ़ साल रह के असी जाके घर देख आईए अपना, असी बाकी बच्चों नूं देख आईए। सो बट 5 साल इज़ एन अमेजिंग ऑपरचुनिटी। हाँ, अक्टूबर के विच असी एक्सपैक्ट कर रहे हैं कि दोबारा ड्रॉज होणगे जी,
ਦੁਬਾਰਾ ਐਪਲੀਕੇਸ਼ਨ ਲਿੱਤੀਆਂ ਜਾਣਗੀਆਂ, ਨਵੀਆਂ ਐਪਲੀਕੇਸ਼ਨ ਲਿੱਤੀਆਂ ਜਾਣਗੀਆਂ ਇਸ ਸਾਲ, ਐਂਡ ਹੋਪਫੁਲੀ ਵੀ ਵਿਲ ਹੇਅਰ ਸਮਥਿੰਗ ਸਮ ਗੁੱਡ ਨਿਊਜ਼ ਇਨ ਕਮਿੰਗ ਫਿਊ। ਬਿਲਕੁਲ ਸਰ, ਤੇ ਤੁਹਾਡੇ ਕੋਲ ਵੀ ਹਮੇਸ਼ਾ ਕੁਝ ਨਾ ਕੁਝ ਜੌਬ ਅਪਰਚੁਨਿਟੀਜ਼ ਹੁੰਦੀਆਂ ਨੇ, ਇਸ ਵਾਰ ਵੀ ਕੁਝ ਹੈ? ਕਰਨ ਬਹੁਤ ਸਾਰੀਆਂ ਅਪਰਚੁਨਿਟੀਜ਼ ਨਹੀਂ ਹੈ। ਜਾਣ ਤੋਂ ਪਹਿਲਾਂ ਸਿਰਫ ਇੱਕ ਚੀਜ਼ ਕਹਿਣਾ ਚਾਹੂੰਗਾ, ਜੇ ਤੇ ਤੁਹਾਡੇ ਕੋਲ ਵਿਜ਼ਿਟ ਵੀਜ਼ਾ ਲੱਗਾ ਹੋਇਆ ਐਂਡ ਤੁਸੀਂ ਭਾਵੇਂ ਬਿਜ਼ਨਸਮੈਨ ਹੈਗੇ ਹੋ, ਭਾਵੇਂ ਤੁਸੀਂ ਜੌਬ ਕਰ ਰਹੇ ਹੋ ਐਂਡ ਯੂ ਆਰ ਲੁਕਿੰਗ ਫਾਰ ਅਪਰਚੁਨਿਟੀਜ਼, ਜਾਂ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਹੋ, ਜਾਂ ਤੁਹਾਡੇ ਕੋਲ ਓਪਨ ਵਰਕ ਪਰਮਿਟ ਹੈਗਾ ਆ, ਭਾਵੇਂ ਸਪਾਊਸ ਦੇ ਕੋਲ ਬੌਂਡਡ ਹੈਗਾ, ਤੁਹਾਡੇ ਕੋਲ ਓਪਨ ਹੈਗਾ, ਭਾਵੇਂ ਤੁਸੀਂ ਜੱਥੇ ਦੇ ਵਿੱਚ ਆਏ ਹੋ ਐਂਡ ਤੁਸੀਂ ਕੈਨੇਡਾ ਨੂੰ ਆਪਣਾ ਹੋਮ ਬਣਾਉਣਾ ਚਾਹੁੰਦੇ ਹੋ, ਤੇ ਦੇਅਰ ਆਰ ਅਪਰਚੁਨਿਟੀਜ਼। ਉਹਦੇ ਵਾਸਤੇ ਸਾਨੂੰ ICC ਤੇ ਕੰਟੈਕਟ ਕਰੋ। ਸਾਡਾ ਹੈੱਡ ਆਫਿਸ ਮਿਸ ਸਾਗਾ ਦੇ ਵਿੱਚ ਹੈਗਾ ਜੀ, 1137 ਡੇਰੀ ਰੋਡ ਤੇ। ਫੋਨ ਨੰਬਰ ਹੈਗਾ 905-451-2424, 905-461-2424, ਐਂਡ ਸਾਡਾ ਵਟਸਐਪ ਨੰਬਰ ਹੈਗਾ 647-850-9000, 647-850-9000। ਬਹੁਤ ਬਹੁਤ ਧੰਨਵਾਦ ਸਰ ਸਾਡੇ ਪ੍ਰੋਗਰਾਮ ਚਾਹਣ ਲਈ ਤੇ ਜਾਣਕਾਰੀ ਦੇਣ ਲਈ। ਆਲਵੇਜ਼ ਅ ਪਲੇਅਰ ਤਰਨ ਜੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਤੋਂ ਹੁਣ ਸੋਸ਼ਲ ਮੀਡੀਆ ਤੇ ਆਈ ਕਿਸੇ ਵੀ ਖਬਰ ਦੇ ਉੱਤੇ ਯਕੀਨ ਕਰਨ ਨਾਲੋਂ ਪਹਿਲਾਂ ਇੱਕ ਭਰੋਸੇਮੰਦ ਕੰਸਲਟੈਂਟ ਨਾਲ ਜ਼ਰੂਰ ਤੁਸੀਂ ਡਿਸਕਸ ਕਰ ਲਿਆ ਕਰੋ। ICC ਇਮੀਗ੍ਰੇਸ਼ਨ ਦੀਆਂ ਕੋਈ ਵੀ ਸੇਵਾਵਾਂ ਚਾਹੀਦੀਆਂ ਨੇ ਤੁਹਾਨੂੰ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ, ਡਿਟੇਲਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।